ਸਤਿ ਸ਼੍ਰੀ ਅਕਾਲ ਵੇਖ ਰਹੇ ਹੋ ਤੁਸੀਂ ਜਸਟ ਟੀਵੀ ਮੈਂ ਹਾਂ ਨੀਲਮ ਸੈਣੀ ਹਾਜ਼ਰ ਹਾਲਾਂਕਿ ਪ੍ਰੋਗਰਾਮ ਗੱਲ ਕਰਨੀ ਬਣਦੀ ਹੈ ਨਾਲ ਮੇਰੇ ਮੌਜੂਦ ਨੇ ਸੀਨੀਅਰ ਜਰਨਲਿਸਟ ਡਾਕਟਰ ਸੁਰਿੰਦਰ ਬਾਜੀ ਸੁਰਿੰਦਰ ਬਾਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਮੁੱਦੇ ਦੇਖ ਲੈਂਦੇ ਆ ਅੱਜ ਦੇ ਮੁੱਦੇ ਬਹੁਤ ਖਾਸ ਨੇ ਟਵੀਟ ਦੀ ਗੱਲ ਕਰਾਂਗੇ ਸਿੱਧੂ ਸਾਹਿਬ ਨੇ ਇੱਕ ਟਵੀਟ ਕੀਤਾ ਉਸ ਟਵੀਟ ਦੇ ਬਹੁਤ ਜ਼ਿਆਦਾ ਸਿਆਸੀ ਮਾਇਨੇ ਕੱਢੇ ਜਾ ਰਹੇ ਨੇ ਇਹ ਸਿਆਸੀ ਮਾਇਨੇ ਇਸ ਕਰਕੇ ਕੱਢੇ ਜਾ ਰਹੇ ਨੇ ਕਿਉਂਕਿ ਹੁਣ ਸਿੱਧੂ ਇੱਕ ਵਾਰ ਕੇਜਰੀਵਾਲ ਦੇ ਖਿਲਾਫ ਟਵੀਟ ਕਰਦੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਟਵੀਟ ਕਰਦੇ ਨੇ ਤੇ ਦੂਜੇ ਟਵੀਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਤਾਰੀਫ ਕਰਦੇ ਨੇ ਸੋ ਕੀ ਸਿਆਸੀ ਮਾਇਨੇ ਨੇ ਸਿੱਧੂ ਦੇ ਇਸ ਟਵੀਟ ਤੇ ਇਸ ਦੀ ਅਸੀਂ ਗੱਲ ਕਰਾਂਗੇ ਪੰਜਾਬ ਕਾਂਗਰਸ ਦਾ ਜੋ ਕਲੇਸ਼ ਹੈ ਉਹ ਜਗ ਜ਼ਾਹਿਰ ਹੈ ਛੁਪਿਆ ਨਹੀਂ ਹੈ ਲੁਕਿਆ ਨਹੀਂ ਹੈ ਹਰੀਸ਼ ਰਾਵਤ ਜੋ ਕਿ ਪੰਜਾਬ ਮਾਮਲੇ ਦੇ ਇੰਚਾਰਜ ਨੇ ਉਹਨਾਂ ਨੇ ਕਿਹਾ ਸੀ ਕਿ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹ ਕਲੇਸ਼ ਖਤਮ ਹੋ ਜਾਏਗਾ ਹਾਈਕਮਾਂਡ ਫੈਸਲਾ ਲੈ ਲਏਗਾ ਹਾਈਕਮਾਂਡ ਨੇ ਫੈਸਲਾ ਤਾਂ ਨਹੀਂ ਲਿਆ ਹੈ ਪਰ ਹਰੀਸ਼ ਰਾਵਤ ਦਾ ਇੱਕ ਵੱਡਾ ਬਿਆਨ ਆਇਆ ਹੈ ਕਿ ਜੋ ਕੈਬਨਿਟ ਮੰਤਰੀ ਹੋਏਗਾ ਪੰਜਾਬ ਦੇ ਵਿੱਚ ਉਹ ਵਾਲਮੀਕਿ ਸਮਾਜ ਤੋਂ ਹੋਏਗਾ ਕੌਣ ਹੋ ਸਕਦਾ ਹੈ ਉਹ ਚਿਹਰਾ ਜਿਸ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲੇਗੀ ਕਾਂਗਰਸ ਕੀ ਵੱਡੇ ਫੇਰਬਦਲ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਜੋ ਆਉਣ ਵਾਲੇ 2-3 ਦਿਨਾਂ 'ਚ ਦੇਖਣ ਨੂੰ ਮਿਲਣਗੇ ਇਸ 'ਤੇ ਅਸੀਂ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਇੱਕ ਹੋਰ ਕਲੇਸ਼ ਦੀ ਗੱਲ ਕਰਾਂਗੇ ਜੋ ਕਿ ਅੱਜ ਕੱਲ੍ਹ ਰਾਜਾ ਵੜਿੰਗ ਨੇ ਸ਼ੁਰੂ ਕੀਤਾ ਹੈ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਨਿਸ਼ਾਨੇ 'ਤੇ ਲਿਆ ਹੈ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਹੈ ਉਹ ਵੀ ਦੱਸਾਂਗੇ ਇਸ ਦੇ ਨਾਲ ਨਾਲ ਰਾਜਪੁਰੇ ਦੇ ਵਿੱਚ ਕਿਸਾਨਾਂ ਨੇ ਜਿਸ ਤਰੀਕੇ ਦੇ ਨਾਲ ਬੀਜੇਪੀ ਆਗੂਆਂ ਨੂੰ ਘੇਰਿਆ ਸੀ ਬੀਜੇਪੀ ਲੀਡਰਸ ਨੇ ਕੈਪਟਨ ਸਾਹਿਬ ਦੇ ਨਾਲ ਮੀਟਿੰਗ ਕੀਤੀ ਉਸਦਾ ਨਤੀਜਾ ਇਹ ਹੋਇਆ ਕਿ 150 ਕਿਸਾਨਾਂ ਖਿਲਾਫ਼ ਪਰਚੇ ਦਰਜ ਹੋ ਗਏ 25-30 ਕਿਸਾਨਾਂ ਦੀ ਗ੍ਰਿਫ਼ਤਾਰੀ ਹੋ ਗਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਵੱਡਾ ਖੁਲਾਸਾ ਕੀਤਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੈਪਟਨ ਸਾਹਿਬ ਨੂੰ ਵਾਰਨਿੰਗ ਵੀ ਦਿੱਤੀ ਹੈ ਕੀ ਹੈ ਜਗਜੀਤ ਸਿੰਘ ਡੱਲੇਵਾਲ ਦਾ ਖੁਲਾਸਾ ਕੈਪਟਨ ਸਾਹਿਬ ਨੂੰ ਵਾਰਨਿੰਗ ਕੀ ਦਿੱਤੀ ਹੈ ਇਸ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਤੇ ਆਉਂਦੇ ਡਾਕਟਰ ਸਾਹਿਬ ਸਿੱਧੂ ਸਾਹਿਬ ਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ ਹੈ ਇੱਕ ਦਿਨ ਉਹ ਆਮ ਆਦਮੀ ਪਾਰਟੀ ਦੇ ਖਿਲਾਫ਼ ਟਵੀਟ ਕਰਦੇ ਨੇ ਕੇਜਰੀਵਾਲ ਸਾਹਿਬ ਦੇ ਖਿਲਾਫ਼ ਟਵੀਟ ਕਰਦੇ ਨੇ ਦਿੱਲੀ ਮਾਡਲ ਨੂੰ ਗਲਤ ਦੱਸਦੇ ਨੇ ਫੇਲ ਦੱਸਦੇ ਨੇ ਦੂਜੇ ਦਿਨ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਸੋਚ ਨੂੰ ਹਮੇਸ਼ਾ ਮੰਨਿਆ ਹੈ ਆਪਾਂ ਨੀਲਮ ਜੀ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਸਿੱਧੂ ਨੂੰ ਸਮਝਣਾ ਬੜਾ ਔਖਾ ਸਿੱਧੂ ਨੂੰ ਸਮਝਣ ਲਈ ਬਹੁਤ ਬਰੀਕੀਆਂ ਦੇ ਵਿੱਚ ਜਾਣਾ ਪੈਂਦਾ ਤੁਸੀਂ ਦੇਖੋ ਸਿੱਧੂ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਘੇਰ ਰਹੇ ਸੀ ਉਹਨਾਂ ਨੂੰ ਸਿਸਟਮ ਕਹਿ ਕੇ ਪਰੇਸ਼ਾਨ ਕਰ ਰਹੇ ਸੀ ਉੱਥੋਂ ਉਹਨਾਂ ਨੇ ਆਪਣੀ ਗੱਡੀ ਮੋੜੀ ਗੱਡੀ ਮੋੜ ਕੇ ਉਹ ਅਕਾਲੀ ਦਲ ਦੇ ਦੁਆਲੇ ਹੋਏ ਅਕਾਲੀ ਦਲ ਦੇ ਦੁਆਲੇ ਹੁੰਦੇ ਹੁੰਦੇ ਉਹਨਾਂ ਨੇ ਫਿਰ ਅਗਲਾ ਸਟੇਅਰਿੰਗ ਮੋੜਿਆ ਆਮ ਆਦਮੀ ਪਾਰਟੀ ਦੇ ਦੁਆਲੇ ਹੋ ਗਏ ਆਮ ਆਦਮੀ ਪਾਰਟੀ ਦੇ ਖਿਲਾਫ ਲਗਾਤਾਰ ਉਹਨਾਂ ਦੇ 3 ਟਵੀਟ ਆਏ ਪਹਿਲਾ ਟਵੀਟ ਆਇਆ ਕਿ ਦਿੱਲੀ ਦਾ ਮਾਡਲ ਪੰਜਾਬ ਦੀ ਲੋੜ ਨਹੀਂ ਫਿਰ ਆਇਆ ਥਰਮਲ ਪਲਾਂਟ ਦਾ ਵਾਲਾ ਠੀਕ ਹੈ ਔਰ ਆਮ ਆਦਮੀ ਪਾਰਟੀ ਨੇ ਵੀ ਘੱਟ ਨਹੀਂ ਕੀਤੀ ਉਹਨਾਂ ਦੇ ਹਰਪਾਲ ਚੀਮਾ ਨੇ ਜਿਹੜੇ ਸੀਨੀਅਰ MLA ਨੇ ਉਹਨਾਂ ਨੇ ਸ਼ਰੇਆਮ ਕਹਿ ਦਿੱਤਾ ਪ੍ਰੈਸ ਕਾਨਫਰੰਸ ਕਰਕੇ ਕਿ ਸਿੱਧੂ ਦੇ ਪੱਲੇ ਕੀ ਆ ਸਿੱਧੂ ਦਾ ਟਵੀਟ ਹੀ ਕਰਦਾ ਸਿਰਫ ਟਵੀਟ ਲੀਡਰ ਆ ਉਹ ਟਵਿੱਟਰ ਦਾ ਲੀਡਰ ਆ ਔਰ ਉੱਥੋਂ ਅਜੇ ਆਮ ਆਦਮੀ ਪਾਰਟੀ ਵੱਲੋਂ ਪੂਰੀ ਫਾਇਰਿੰਗ ਨਵਜੋਤ ਸਿੱਧੂ ਤੇ ਪਿਛਲੇ 2 ਦਿਨਾਂ ਤੋਂ ਹੋ ਰਹੀ ਸੀ ਅਤੇ ਸਿੱਧੂ ਨੇ ਅੱਜ ਆਮ ਆਦਮੀ ਪਾਰਟੀ ਨੂੰ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਥੋੜ੍ਹਾ ਜਿਹਾ ਨਰਮ ਕਰ ਦਿੱਤਾ ਵੀ ਤਾਂ ਕਿ ਇਹ ਝਗੜਾ ਆਮ ਆਦਮੀ ਪਾਰਟੀ ਨਾਲ ਵਧੇ ਨਾ ਕਿਉਂਕਿ ਇੱਕ ਗੱਲ ਨੂੰ ਇਹ ਸਮਝਣਾ ਪਏਗਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਫੋਲੋਇੰਗ ਦੇ ਵਿੱਚ ਕੋਈ ਕਮੀ ਨਹੀਂ ਆ ਹਜੇ ਚੋਣਾਂ ਦੂਰ ਨੇ ਚੋਣਾਂ ਨੂੰ ਹਜੇ ਟਾਈਮ ਜੇ ਆਪਾਂ ਕਹੀਏ ਤੇ 8 ਮਹੀਨੇ ਪਏ ਨੇ 8 ਮਹੀਨਿਆਂ 'ਚ ਕਈ ਕੁਛ ਹੋਣਾ ਜਿਹੜੀ ਸੋਸ਼ਲ ਮੀਡੀਆ 'ਤੇ ਹਵਾ ਚੱਲ ਰਹੀ ਹੈ ਇਹ ਹਵਾ ਇੱਕ ਦਿਨ 'ਚ ਜਾਣੀ ਕਿੱਧਰਲੇ ਪਾਸੇ ਹਵਾ ਇਹ ਵੀ ਨਹੀਂ ਪਤਾ ਹਜੇ ਤਾਂ ਚੱਲ ਰਹੀ ਹੈ ਲੇਕਿਨ ਨਾਲ ਨਾਲ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਸਿੱਧੂ ਕਿਸੇ ਕੀਮਤ 'ਤੇ ਆਮ ਆਦਮੀ ਪਾਰਟੀ ਨਾਲ ਫਾਲਤੂ ਦੀ ਪੰਗੇਬਾਜ਼ੀ ਜਾਂ ਬਹਿਸਬਾਜ਼ੀ ਕਰਕੇ ਉਹਨਾਂ ਦੀ ਜਿਹੜੀ ਫੈਨ ਫੋਲੋਇੰਗ ਆ ਉਹਦੇ ਸ਼ਿਕਾਰ ਨਹੀਂ ਹੋਣਾ ਚਾਹੁੰਦਾ ਸੋਸ਼ਲ ਮੀਡੀਆ 'ਤੇ ਲਗਾਤਾਰ ਤੁਸੀਂ ਦੇਖੋ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ਼ ਬੋਲਣਾ ਸ਼ੁਰੂ ਕੀਤਾ ਸੋਸ਼ਲ ਮੀਡੀਆ 'ਤੇ ਲਗਾਤਾਰ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਹੋਈ ਹੈ ਕਮੈਂਟਸ ਵਿੱਚ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਲਤਾੜਿਆ ਬਹੁਤ ਕੁਛ ਇਹਦੇ ਬਾਰੇ ਬੋਲਿਆ ਕ੍ਰੈਡੀਬਿਲਟੀ 'ਤੇ ਵੀ ਸਵਾਲ ਕਿਸੇ ਨੇ ਕ੍ਰੈਡੀਬਿਲਟੀ 'ਤੇ ਕਿਸੇ ਨੇ ਕਿਹਾ ਜੀ ਇਹ ਬੀਜੇਪੀ ਨੂੰ ਆਪਣੀ ਮਾਂ ਮੰਨਦਾ ਸੀ ਪਾਰਟੀ ਨੂੰ ਜੇਤਲੀ ਨੂੰ ਪਿਓ ਮੰਨਦਾ ਸੀ ਅਤੇ ਜੇਤਲੀ ਨੂੰ ਅੰਮ੍ਰਿਤਸਰ 'ਚ ਹਰਾਇਆ ਇੱਕ ਨੇ ਲਿਖ ਦਿੱਤਾ ਜੀ ਇਹ ਕਾਂਗਰਸ ਜਿਹੜੀ ਬਦਨਾਮ ਮੁੰਨੀ ਬਦਨਾਮ ਸੀ ਉਹਦੇ 'ਚ ਬਾਰੇ ਚੜ੍ਹ ਗਿਆ ਫਿਰ ਉਹ ਇਸ ਕਰਕੇ ਨਾ ਸਿੱਧੂ ਦਾ ਜਿਹੜਾ ਨਿਸ਼ਾਨਾ ਹੈ ਨਾ ਨਿਸ਼ਾਨਾ ਹੈਗਾ ਪੰਜਾਬ ਦੇ ਮੁੱਖ ਮੁੱਦੇ ਜਿਹੜੀ ਗੱਲ ਅੱਜ ਚੱਲ ਰਹੀ ਹੈ
ਹੁਣ ਦੇਖੋ ਕਿ ਪਿਛਲੇ ਇੱਕ ਹਫ਼ਤੇ ਤੋਂ ਸਿੱਧੂ ਦੇ ਟਵੀਟ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਨਹੀਂ ਆ ਰਹੇ। ਬਿਲਕੁਲ, ਇਹ ਹਵਾ ਦਾ ਰੁੱਖ ਸਿੱਧੂ ਨੇ ਮੋੜ ਕੇ ਆਮ ਆਦਮੀ ਪਾਰਟੀ ਵੱਲ ਕੀਤਾ, ਅਕਾਲੀ ਦਲ ਵੱਲ ਕੀਤਾ। ਉਹ ਮੈਨੂੰ ਲੱਗਦਾ ਅੱਜ ਸੀਜ਼ ਫਾਇਰ ਹੋ ਗਿਆ ਜਦੋਂ ਇਹਨੇ ਆਮ ਆਦਮੀ ਪਾਰਟੀ ਦੀ ਤਾਰੀਫ਼ ਕੀਤੀ ਅੱਜ, ਅਤੇ ਨਾਲ ਦੀ ਨਾਲ ਰੀਸੈਂਟ ਆਪਣੇ ਇਸ ਡਿਬੇਟ ਤੋਂ ਪਹਿਲਾਂ ਇੱਕ ਟਵੀਟ ਹੋਰ ਕਰ ਦਿੱਤਾ ਨਵਜੋਤ ਸਿੰਘ ਸਿੱਧੂ ਨੇ। ਉਹ ਟਵੀਟ ਉਹਨੇ ਜਿਹੜਾ ਅੱਜ ਦਾ ਪਹਿਲਾ ਟਵੀਟ ਆ ਉਹਨੂੰ ਕਾਊਂਟਰ ਕਰਨ ਲਈ ਕੀਤਾ ਕਿ ਮੇਰੇ ਵਿਰੋਧੀ ਮੈਨੂੰ ਕਹਿ ਰਹੇ ਨੇ ਜੇ ਤੁਸੀਂ ਕਾਂਗਰਸ 'ਚ ਰਹੋਗੇ ਤਾਂ ਕੋਈ ਨੁਕਸਾਨ ਹੋਏਗਾ, ਸਾਡੇ ਵੱਲ ਆਮ ਆਦਮੀ ਪਾਰਟੀ 'ਚ ਜਾਓਗੇ ਤਾਂ ਠੀਕ। ਭਾਈ ਨਵਜੋਤ ਸਿੰਘ ਸਿੱਧੂ ਨੇ ਇਹ ਦੱਸਿਆ ਕਿ ਮੈਂ ਵਿਰੋਧੀਆਂ ਦੀ ਸਲਾਹ ਮੰਨਣੀ ਹੈ, ਕੋਈ ਇਹ ਮੰਨਿਆ ਕਿ ਇਹ ਤਾਂ ਕਹਿ ਸਕਦਾ ਸੀ ਕਿ ਮੇਰੇ ਹਮਾਇਤੀ ਮੈਨੂੰ ਸਲਾਹ ਦੇ ਰਹੇ। ਬਿਲਕੁਲ, ਪਰ ਨਵਜੋਤ ਸਿੰਘ ਸਿੱਧੂ ਵੀ ਇੱਕ ਇਹੋ ਜਿਹਾ ਅੜਬ ਲੀਡਰ ਹੈ ਕਿ ਉਹ ਘੁਮਾ ਕੇ ਕਰਦਾ, ਉਹ ਵਿਰੋਧੀਆਂ ਦੀ ਗੱਲ ਥੋੜ੍ਹਾ ਮੰਨੇਗਾ। ਸੋ ਉਸ ਟਵੀਟ ਦੇ ਮਾਇਨੇ ਆ ਕਿ ਮੈਂ ਆਮ ਆਦਮੀ ਪਾਰਟੀ 'ਚ ਨਹੀਂ ਜਾ ਰਿਹਾ। ਉਸ ਟਵੀਟ ਦਾ ਇਹੀ ਮਾਇਨਾ ਕਿ ਮੇਰੇ ਵਿਰੋਧੀ ਜੇ ਮੇਰੇ ਵਿਰੋਧੀ ਮੈਨੂੰ ਸਲਾਹ ਦੇਣਗੇ ਤਾਂ ਮੈਂ ਛੇਤੀ ਨਹੀਂ ਮੰਨਾਂਗਾ, ਉਹਦੇ ਉੱਤੇ 50 ਵਾਰੀ ਆਪਣੀ ਮੰਥਨ ਕਰਾਂਗਾ, ਉਹਦੇ ਉੱਤੇ 50 ਵਾਰੀ ਲੋਕਾਂ ਨਾਲ ਸਲਾਹ ਮਸ਼ਵਰੇ ਕਰਾਂਗਾ, 50 ਲੋਕਾਂ ਨਾਲ ਬੈਠ ਕੇ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਨਤੀਜਾ ਕੱਢਾਂਗਾ ਕਿ ਮੈਂ ਹੁਣ ਆਮ ਆਦਮੀ ਪਾਰਟੀ ਜੁਆਇਨ ਕਰਨੀ ਆ। ਸੋ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਤੋਂ ਆਪਣੀ ਜਿਹੜੀ ਹੈ ਫਾਇਰਿੰਗ ਉਹ ਚੁੱਕ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲ ਕਰਤੀ ਆ। ਇਹ ਸਮਝਣਾ ਪਏਗਾ ਕਿ ਕਾਂਗਰਸ ਦੇ ਖਿਲਾਫ਼ ਜਿਹੜੀ ਫਾਇਰਿੰਗ ਇਹਦੀ ਚੱਲ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼, ਜਦੋਂ ਸਿਸਟਮ ਕਹਿ ਕੇ ਕਹਿੰਦਾ ਪਿਆ ਸੀ ਬਈ ਤੁਸੀਂ ਸਾਰੇ ਰਲੇ ਹੋ ਅੱਜ ਇਹ ਕੱਲ੍ਹ ਉਹ ਚੀਜ਼ਾਂ ਕਿਉਂ ਬੰਦ ਹੋਈਆਂ, ਇਹਦਾ ਮਤਲਬ ਕਿਤੇ ਨਾ ਕਿਤੇ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਥਾਪੜਾ ਦੇ ਔਰ ਇਹਨੇ ਕੈਪਟਨ ਅਮਰਿੰਦਰ ਸਿੰਘ ਨਾਲ ਲੜਾਈ ਬੰਦ ਕਰਕੇ ਲੜਾਈ ਇੱਧਰ ਸ਼ੁਰੂ ਕਰਤੀ ਹੈ। ਦੇਖੋ ਨਵਜੋਤ ਸਿੰਘ ਸਿੱਧੂ ਨੇ ਸੁਰਖੀਆਂ 'ਚ ਰਹਿਣਾ, ਆਮ ਆਦਮੀ ਪਾਰਟੀ ਨਾਲ ਉਹਨੇ ਲੜਾਈ ਆਪ ਇਸ ਕਰਕੇ ਬੰਦ ਕੀਤੀ ਹੈ, ਅੱਜ ਜਿਹੜਾ ਸਵੇਰ ਵਾਲਾ ਟਵੀਟ ਹੈ ਕਿ ਮੈਂ ਆਮ ਆਦਮੀ ਪਾਰਟੀ ਮੇਰੀ ਵਿਚਾਰਧਾਰਾ ਲਈ ਹੈ ਅਤੇ ਮੈਂ ਮੇਰਾ ਸਨਮਾਨ ਕਰਦੀ ਹਾਂ, ਮੇਰੀਆਂ ਗੱਲਾਂ ਸੁਣਦੀ ਆ, ਲੇਕਿਨ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ ਮੇਰੇ ਵਿਰੋਧੀ ਮੈਨੂੰ ਸਲਾਹ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ 'ਚ ਜਾਏਗਾ ਤਾਂ ਠੀਕ ਰਹੇਗਾ, ਕਾਂਗਰਸ 'ਚ ਤਾਂ ਲੱਗਾ ਦਾ ਠੀਕ ਨਹੀਂ ਹੈਗਾ ਮਾਹੌਲ। ਸੋ ਅੱਜ ਗੱਲ ਸਮਝ ਨਹੀਂ ਪਏਗੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਬੜਾ ਘੁਮਾ ਕੇ ਪੱਲਾ ਚਲਾਉਂਦੇ ਪਏ ਨੇ ਔਰ ਕਿਸੇ ਬਚ ਬਚ ਕੇ। ਔਰ ਦੂਸਰਾ ਜਿਹੜਾ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਲਈ ਕਾਂਗਰਸ ਹਾਈਕਮਾਨ ਵੀ ਪੂਰੀ ਜਿਹੜੀ ਪ੍ਰਿਯੰਕਾ ਗਾਂਧੀ ਹੈ, ਪ੍ਰਸ਼ਾਂਤ ਕਿਸ਼ੋਰ ਹੈ, ਪੂਰੀ ਲੋਬਿੰਗ ਕਰ ਰਹੇ ਨੇ ਕਿ ਕਿਸੇ ਤਰੀਕੇ ਇਸ ਮਸਲੇ ਨੂੰ ਨਵਜੋਤ ਸਿੰਘ ਸਿੱਧੂ ਨੂੰ ਸ਼ਾਂਤ ਰੱਖਿਆ ਜਾਏ। ਬਟ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਨੀਲਮ ਜੀ ਮੈਂ ਅੱਗੇ ਵੀ ਜ਼ਰੂਰ ਚਰਚਾ ਕਰਦਾ ਹੁੰਦਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਨਸਾਨ ਆਪਣੀ ਲੀਡਰ ਆਪਣੀ ਕ੍ਰੈਡੀਬਿਲਿਟੀ ਗਵਾਉਂਦਾ। ਇੱਕ ਦਿਨ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬੋਲ ਪੈਣਾ, ਇੱਕ ਦਿਨ ਤੁਸੀਂ ਬੀਜੇਪੀ ਦੇ ਖਿਲਾਫ਼ ਬੋਲ ਪੈਣਾ, ਇੱਕ ਦਿਨ ਤੁਸੀਂ ਆਮ ਆਦਮੀ ਪਾਰਟੀ ਦੇ ਖਿਲਾਫ਼ ਬੋਲ ਪੈਣਾ, ਇੱਕ ਦਿਨ ਅਕਾਲੀ ਦਲ ਦੇ ਖਿਲਾਫ਼ ਬੋਲ ਪੈਣਾ, ਬੇਸ ਨਹੀਂ ਹੈ ਕੋਈ, ਬੇਸ ਨਹੀਂ ਹੈ। ਹਾਂ ਤੁਸੀਂ ਟਵੀਟ ਕਰਨੇ ਆ ਕਰੋ, ਮੁੱਦਿਆਂ ਦੇ ਟਵੀਟ ਕਰੋ। ਬਿਲਕੁਲ, ਕਿ ਹਰਪ੍ਰੀਤ ਸਿੰਘ ਸਿੱਧੂ ਨੂੰ ਐਸਟੀਐਫ ਦਾ ਚੀਫ ਲਾਇਆ ਗਿਆ ਤੇ ਉਮੀਦ ਹੈ ਕਿ 3 ਮਹੀਨੇ 'ਚ ਸਿੱਧੂ ਨਸ਼ਾ ਖਤਮ ਕਰੇਗਾ। ਟਵੀਟ ਕਰੋ ਕਿ ਹਾਈਕੋਰਟ ਦੇ ਵਿੱਚ ਸਿਧਾਰਥ ਚੱਟੋਪਾਧਿਆ ਦੀ ਰਿਪੋਰਟ ਖੁਦ ਜਨਤਕ ਕੀਤੀ ਜਾਵੇ, ਜਿਹੜੀ ਡਰੱਗਸ ਜਿਹਦੇ ਵਿੱਚ ਨਸ਼ੇ ਦੇ ਸੌਦਾਗਰਾਂ ਦੇ ਅਤੇ ਖਾਕੀ ਵਰਦੀ ਵਾਲਿਆਂ ਦੇ ਅਤੇ ਲੀਡਰਾਂ ਦੇ ਨਾਂ। ਟਵੀਟ ਕਰਨਾ ਤਾਂ ਕਰੋ ਕਿ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਭੋਲਾ ਡਰੱਗ ਕੇਸ ਹੈ ਉਹਨਾਂ ਨੂੰ ਲੈ। ਮੁੱਦਿਆਂ ਤੋਂ ਹੱਟ ਕੇ ਜੇ ਤੁਸੀਂ ਕਹੋ ਕਿ ਪੋਲੀਟੀਕਲ ਟਵੀਟ ਹੈ ਅਤੇ ਉਹ ਨਵਜੋਤ ਸਿੰਘ ਸਿੱਧੂ ਦੀ ਪੋਲੀਟੀਕਲ ਟਵੀਟ ਹਰ ਪਾਰਟੀ ਦੇ ਖਿਲਾਫ਼ ਆਉਣ ਕਰਕੇ ਇਹਨਾਂ ਦੀ ਆਪਣੀ ਵਿਸ਼ਵਸ਼ਨੀਤਾ ਜਿਹਨੂੰ ਕਹਿੰਦੇ ਹਾਂ ਕ੍ਰੈਡੀਬਿਲਿਟੀ ਆ ਉਹਨੂੰ ਢਾਹ ਲੱਗਾ ਔਰ ਲੋਕ ਜਿਹੜੇ ਆ ਹੁਣ ਹੌਲੀ ਹੌਲੀ ਇਹਨਾਂ ਨੂੰ ਆਲੋਚਨਾ ਵੀ ਕਰਨ ਲੱਗ ਪਏ ਆ, ਮੋਹਭੰਗ ਆਲੋਚਨਾ ਕਰਨ ਲੱਗ ਪਏ ਨੇ। ਇਸੇ ਖ਼ਬਰ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਮਸਲਾ ਹੈ ਜੋ ਕਿ ਕਿਹਾ ਕਿ ਸਿੱਧੂ ਨੂੰ ਸ਼ਾਇਦ ਹਾਈਕਮਾਨ ਤੋਂ ਥਾਪੜਾ ਮਿਲ ਚੁੱਕਿਆ, ਪਰ ਸਿੱਧੂ ਸਾਹਿਬ ਨੂੰ ਕੈਬਨਿਟ ਦੇ ਵਿੱਚ ਐਡਜਸਟ ਨਹੀਂ ਕੀਤਾ ਜਾਵੇਗਾ, ਇਹ ਅੱਜ ਹਰੀਸ਼ ਰਾਵਤ ਦੇ ਬਿਆਨ ਤੋਂ ਸਾਫ਼ ਨਹੀਂ ਕਲੀਅਰ ਹੈ। ਇਹ ਦੇਖੋ ਨੀਲਮ ਜੀ, ਸਾਫ਼ ਹੈ ਕਿ 4.5 ਸਾਲ ਬਾਅਦ ਨਵਜੋਤ ਸਿੰਘ ਸਿੱਧੂ ਜਿਹੜੀ ਸਰਕਾਰ ਵਿਰੋਧੀ ਲਹਿਰ ਹੈ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਕਿਉਂ ਬਣੇਗਾ? 6 ਮਹੀਨਿਆਂ 'ਚ ਸਿੱਧੂ ਨੇ ਕਿਹੜੇ ਪੱਤੇ ਤੋੜ ਲਿਆਣੇ ਆ, ਸਿੱਧੂ ਨੇ ਕਿਹੜੇ ਸੋਨੇ ਦੇ ਭਾਂਡੇ ਤਿਆਰ ਕਰ ਲੈਣੇ ਆ? 6 ਮਹੀਨੇ ਦੀ ਸਰਕਾਰ ਹੈ ਅਤੇ ਨਵਜੋਤ ਸਿੰਘ ਸਿੱਧੂ ਕਦੇ ਨਹੀਂ ਚਾਹੇਗਾ ਕਿ ਜਿਹੜਾ ਗੰਦ ਦਾ ਟੋਕਰਾ ਨਵਜੋਤ ਸਿੰਘ ਸਿੱਧੂ ਢੋਏ, ਜਿਹੜਾ ਕਾਂਗਰਸ ਨੇ 4.5 ਸਾਲ ਪੰਜਾਬ ਦੇ ਵਿੱਚ ਹਾਲਾਤ ਬਣਾਏ ਨੇ। ਭਾਵੇਂ ਉਹ ਬੇਅਦਬੀਆਂ ਦੇ ਵਿੱਚ ਕੋਈ ਇਨਸਾਫ ਨਹੀਂ ਆ, ਭਾਵੇਂ ਉਹ ਨਸ਼ਿਆਂ ਦਾ ਮਾਮਲਾ ਅਤੇ ਭਾਵੇਂ ਰੇਤਾ ਬਜਰੀ ਕੇਬਲ ਜੋ ਟਰਾਂਸਪੋਰਟ ਸਭ ਦਾ, ਨਵਜੋਤ ਸਿੰਘ ਸਿੱਧੂ ਕਿਸੇ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਦਾਗਦਾਰ ਨਹੀਂ ਬਣਾਉਣਾ ਚਾਹੁੰਦਾ ਕਿ ਮੈਂ ਸਰਕਾਰ ਦਾ ਹਿੱਸਾ ਸੀ ਅਤੇ ਆਹ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਹਾਂ, ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਨੇ ਜੋ ਲੱਗ ਰਿਹਾ ਥਾਪੜਾ ਦਿੱਤਾ
कि तुहानू असी जां तां पंजाब दा प्रधान बनावांगे या असी तुहानू कंपेन कमेटी का चेयर बनावांगे या पार्लीमेंट बोर्ड का मैंबर बनावांगे। जिथे तक आपां नूं नज़र आ रहा है एक पत्रकार की नज़र दे नाल कि नवजोत सिंह सिद्धू नूं पार्लीमेंट बोर्ड का मैंबर दे नाल नाल कंपेन कमेटी का चेयरमैन बनाया जा सकता, तो जे सरकार रिपीट हुंदी है तो नवजोत सिंह सिद्धू हो सकता है कि उहदे विच उप मुख्यमंत्री भी हो। फिलहाल की कुछ होगा ये तो वक्त ही दसेगा, पर हरीश रावत ने आज जो बयान दिता है वो भी गौर करने वाला है कि जो कैबिनेट मिनिस्टर होएगा वो वाल्मीकि समाज तो होएगा, यानी कि दलित किसी दलित चेहरे नूं कैबिनेट दे विच जगह दिती जाएगी। अब सुरेंद्र पाल जी चाहे कांग्रेस लाख कह रही है कि कांग्रेस जो है वो कास्टिज्म नहीं करती या जातिवाद की पॉलिटिक्स नहीं करती, पर कितने ना कितने इस तो इनकार नहीं किया जा सकता कि पंजाब के उपर इस वक्त दलित सियासत हावी है। चाहे अकाली दल दलित उप मुख्यमंत्री बनाने की गल कर रहा है, बीजेपी दलित मुख्यमंत्री की गल कर रही है, कांग्रेस विच भी आवाज़ उठती रही है, राजकुमार वेरका या होर जिन्हें भी दलित चेहरे ने वो कहते रहे हैं कि दलितों को सम्मान पार्टी के विच मिलना चाहिए। नीलम जी गल इदा है कि जिहड़ी पंजाब दे विच मौजूदा वजारत है उनके अरुणा चौधरी रविदासिया समाज तो है, चन्नी जी रविदासिया समाज तो है जिहड़े तकनीकी सिक्ख्या मंत्री ने, और जिहड़ी किते ना किते लोग एक वाल्मीकि समाज की डिमांड उठ रही थी, बार बार मंग उठ रही थी कि सानू साडा बंदा होया नुमाइंदगी जिहड़ी आ पंजाब सरकार च नहीं दित्ती गई। जदों पहला गल उठी सी ते डॉक्टर राजकुमार वेरका नूं वेयर हाउस कारपोरेशन का चेयरमैन बनाया गया सी, हुण मंग उठी है दोबारा कि कैबिनेट विच अगर फेरबदल करना है तो वाल्मीकि समाज नूं पूरा असी उन्हां दा बंदा हक देईए। तो जिथे तक लग रहा है कि राजकुमार वेरका नूं जिहड़ा वो पंजाब मंत्रीमंडल च शामिल किया जा सकता, उहदे दो तीन मायने आ। एक तो वेरका दे करके मायना यह है कि राजकुमार वेरका राष्ट्रीय अनुसूचित जाति दे आयोग दे वाइस प्रेजिडेंट रहे ने, वाइस चेयरमैन रहे ने, बड़ी पकड़ उन्हां दी रही है दलित समाज दे ते दलतां दे लई उन्होंने, क्योंकि उन्हां दिनां दे विच पंजाब दे विच श्रोमणी अकाली दल ते भारतीय जनता पार्टी की सरकार सी, और डॉक्टर राजकुमार वेरका ने गलियां गलियां दे विच जाके इस पार्टी नूं खड़ा कीता पंजाब विच। वो वाल्मीकि समाज दीआं मुश्किलां नूं भी समझदे ने ते वो दलतां दीआं बाकी होर समस्यावां जिहड़ियां उन्हां नूं भी समझदे ने, इस करके राहुल गांधी दे करीबी भी ने, इस करके लगदा है कि डॉक्टर राजकुमार वेरका नूं जिहड़ा हुण वो कैप्टन अमरिंदर सिंह दे नज़दीकी भी हो गए ने। अज मैं दसण लगा कैप्टन अमरिंदर सिंह दे नज़दीक किवें होए, ये जरूर लोगों को पता लगना। याद होएगा एक खबर अश्विनी सेखड़ी जिहड़े आ वह अकाली दल ज्वाइन कर लगे, तो वह अश्विनी सेखड़ी नूं बांह फड़ के वापस लियाण वाले डॉक्टर राजकुमार वेरका सी। हुण जे एड्डी वड्डी गल उन्होंने की है तो कांग्रेस ने उन्होंने इनाम तो देना, बड़ी वड्डी अकाली दल दे लई ओह चपेट सी कि सुखबीर सिंह बादल सवेरे प्रेस कॉन्फ्रेंस रख रहे सी ते अश्विनी सेखड़ी जाके हॉस्पिटल दाखिल हो गए। सो ये किते ना किते जिहड़ी इस चीज़ नूं समझना पएगा कि राजकुमार वेरका जिहड़े ओह कैप्टन दे बहुत लागे आ चुके आ, और कैप्टन अमरिंदर सिंह भी चाहते ने राजकुमार वेरका जिहड़े आ इक चंगी सीट ते बैठन, क्योंकि उन्होंने काम किया होया, उन्होंने जमीनी पद्धर ते भी काम किया होया, उन्होंने दिल्ली दफ्तर बैठ के भी काम किया होया, दलतों दी समस्यावां दलतों दी बाकी जिहड़ियां दिक्कतां हैगियां वा स्कॉलरशिप स्कीम हैगी आ होर है उहनूं इह पूरा नपेरे चाड़ सकण। सो जिवें कि तुसीं भी कह रहे हो क्यास लग रहे हैं कि डॉक्टर राजकुमार वेरका उह चेहरा हो सकते ने जिसनूं कि पंजाब कांग्रेस दे विच कैबिनेट दे विच जगह मिल सकती है। आने वाले चोणां दे मद्देनज़र भी हाईकमान ने फैसला लिया क्योंकि दलितों नूं उन्हां दी उन्हां दा बनदा सम्मान पार्टी दे विच मिले काफ़ी नाराजगी भी चल रही थी, उस गल नूं भी दूर करन दी कितना कितनी कोशिश है। दूजे कलेश ते आउंदे आ जो कि अजकल पंजाब कांग्रेस दे विच वध गया है, राजा वड़िक मनप्रीत बादल दे पिछे पै गए ने हाथ पैर सब कुछ धो के कि मनप्रीत बादल नूं उन्हां ने नहीं छड्डना। एक तो बाद एक पोस्ट आ रही है, कुछ दिन पहला उन्होंने कहा कि जो मनप्रीत बादल गए सी भोगते तो उन्होंने अकाली दल दे जो भी कोई आगू सीगे उन्होंने कुछ 15 लाख का चैक दिता सी। कल इस मामले नूं लैके एक पोस्ट पाई है, तस्वीर भी सांझियां कीतियां, इल्जाम भी लाया कि कांग्रेस पार्टी ने तुहानूं सब कुछ दिता पर तुसीं उह सब कुछ अकालियां ते लुटा दिता।
देखो पता की है, जो एक मिनिस्टर बन जाता कोई, हो सकता किसी की सोच का फर्क हो, फिर वह मंत्री कांग्रेस का मंत्री नहीं रहता, वह पंजाब सरकार का मंत्री होता। वो मंत्री पंजाब सरकार का होंगे, उसके लिए श्रोमणी अकाली दल का सरपंच भी अहमियत रखता, तो कांग्रेस का सरपंच भी अहमियत। ठीक है, पार्टी पद्धर से तुम गल कर सकते हो, लेकिन बतौर अगर सरकार गल करिए तो बतौर सरकार ताडे लई सांझे ने कि मनप्रीत बादल ने सुखबीर बादल के हल्के पैसा नहीं देना, कि मनप्रीत बादल ने लंबी दे हल्के च पैसा नहीं देना, कि मनप्रीत बादल ने जलंधर के आदमपुर के पवन टीनू के विकास लिए पैसा नहीं देना। बिल्कुल, वो पंजाब का वित्त मंत्री है, पिंड का सरपंच है चुनिया होया, जो आके चैक रिसीव करता है, सरकारी चैक रिसीव कर रहा, मनप्रीत जेब चो नहीं दे रहा, जो लगे कि मनप्रीत पार्टी फंड दे रहा, जो सरकारी चैक विकास का दे रहा है तो उन्हों दूजे पक्षों नहीं देखना चाहिए, ये देखना चाहिए है कि अकाली दल का सरपंच चैक लैन लिए मनप्रीत दे कोल आया। इस चीज़ को दूजे सिक्के नाल, ठीक है मनप्रीत नाल तुहाडी निजी दुश्मनी हो सकती है, निजी शरणजीत हो सकती है, मैं उत्थे ही आ रहा, इन्हां दे विच पिछले कुछ दिनों तो बहुत गर्मा गर्मी चल रही है, क्योंकि मनप्रीत बादल के जिहड़े साले दे उत्ते लगातार इल्जाम लगे ने, और राजा वड़िंग दे बंदियां वल्लों लगवाए गए सी, राजा वड़िंग दे खिलाफ ही मनप्रीत बादल ने काफ़ी कुछ पार्टी प्लेटफॉर्म से गल्लां कीतियां सीगियां, इह उहदा ही नतीजा है जिहड़ा राजा अमरिंदर वड़िंग ने उन्होंने तस्वीर कांग्रेसी सरपंच अकाली दल दे सरपंच नूं चैक। इस वक्त क्या यह मौका सही है, क्योंकि पार्टी तो वैसे ही एक कलेश चो निकल रही है। देखो पता की है, इहदा मैं हुण दूजा पहलू भी दस दिंदा, जे कांग्रेस ने इन्नी अखबार दे विच अपनी कवरेज करानी होवे ना, तो एडवरटाइजमेंट का 3 लाख रुपया एक पेपर लै गए, वह फ्री दे विच उन्हां दी एडवरटाइजमेंट हो जाती है, वो गल नहीं समझते भाई, उन्होंने सारे पंजाब के मुद्दे एक पासे है, लड़ाई किधर लै गए ने, नवजोत सिंह सिद्धू है जी, ये कैप्टन है जी, ये राजा वड़िंग है जी, ये मनप्रीत बादल है जी, ये मनीषा गुलाटी है जी, ये लैंबर हसैनपुरी है, लड़ाई होर पासे तुरी, वह पंजाब दे विच बिजली दे समझौतियां दा मुद्दा है, पंजाब च पानी दा मुद्दा है, पंजाब दे विच किसानी दा मुद्दा है, किसान बैठे 8 महीनों तो उन्हां लई कोई लड़ाई लड़ी है, आपां रल के हंबला मारीए, कोई केंद्र सरकार नाल किसे समझौतियां दी गल तुरे, सरकार ते प्रैशर पाईए, ये एक जान बुझ के अंदरूनी लड़ाइया होंदिया पार्टी दियाँ, लोगों का ध्यान उधरले पासे जा रहा, लेकिन जिधर पंजाब डुबी जाता उधर किसी फिलहाल चलो एक सियासत के मुद्दे तो हटते हैं, कांग्रेस की सियासत के मुद्दे तो हटते हैं, जो दूसरा मुद्दा है वह है तो किसानों का, पर कि ना कि सियासत उस भी घुली हुई है। राजपुरे के जो होया किसानों ने विरोध किया, क्योंकि किसान किसी भी नहीं छड़ते, किसान हर एक सियासी पार्टी के हर एक लीडर का विरोध कर रहे हैं, बीजेपी खास करके निशाने ते है, क्योंकि बीजेपी दे राज विच बीजेपी दे शासन दे विच 3 काले खेती कानून पास हुए हैं। हुण उस मुद्दे ते आउंदे आ, बीजेपी दे आगुआं ने मीटिंग रखी सी राजपुरे दे विच, किसानों ने विरोध किया, किसानों दे परचा दर्ज हो गया, 150 किसानों खिलाफ परचे दर्ज हुए हैं, 25 तो 30 किसानों की गिरफ्तारी हुई है, संयुक्त किसान मोर्चा, संयुक्त किसान मोर्चे के आगू जो किसान आगू ने उस वक्त गुस्से चे, जगजीत सिंह डल्लेवाल जो कि किसान आगू ने, उन्होंने एक वड्डा बयान दिता, एक वड्डा खुलासा किया है, कैप्टन साहब ने वार्निंग भी दी है, खुलासा यह किया है कि जो कुछ भी उस दिन होया वो दरअसल बीजेपी की एक प्लानिंग से किसानों को बदनाम कर दी। जगजीत सिंह डल्लेवाल ने कहा कि जिस वक्त मीटिंग हुई है उस तो पहला किसानों को मैसेज भेजा गया सी कि असी मीटिंग करन जा रहे हैं, जे तुहाडे च हिम्मत है तो तुसी रोक लो, उस तो बाद जब मीटिंग चल रही थी किसान विरोध कर रहे थे, उस वक्त उन्होंने कोई सुरक्षाकर्मी रिवॉल्वर लहरा रहा सी, लोगों को किसानों को प्रोवोक कर रहा सी, की कहोगे तुसी? नीलम जी, यही गल बार बार असी समझाने की कोशिश करते हैं कि तुसी अपनी मीटिंग करनी है करो, किसानों ने अपना एजिटेशन करना करो, जे आप किसी नूं उकसावांगे ना तो ये भी अपराध की श्रेणी आता है, इनू भी असी क्राइम कहने। तो दूजी जिहड़ी गल है कि उकसाना, तो पंजाबी तो वैसे ही उकसा दे, किसी नूं उधर दूजे का जाके घर ढाणू पैंदे आ,
ਵੀ ਤੂੰ ਮੈਨੂੰ ਘੂਰੇ ਘੂਰੀ ਤੇ ਸ਼ੁਰੂ ਹੋ ਜਾਂਦੇ ਆ ਤਾਂ ਪੰਜਾਬੀ ਯਾਰ ਇਹ ਤਾਂ ਵੱਡੀ ਗੱਲ ਹੈਗੀ ਆਪਾਂ ਕਿਸੇ ਨੂੰ ਮੈਸੇਜ ਭੇਜਣਾ ਵੀ ਮੈਂ ਕਰਨ ਆ ਰਿਹਾ ਤੂੰ ਜੋ ਕਰਨਾ ਕਰ ਲੈ ਜੇ ਇੱਥੇ ਕਿਤੇ ਗਲੀ ਚੋਂ ਕੋਈ ਘੂਰੀ ਵੱਟ ਕੇ ਨਿਕਲ ਜਾਂਦਾ ਤੇ ਲੋਕ ਕਹਿੰਦੇ ਆ ਗਿਆ ਖੜ ਤੇਰੀ ਨੂੰ ਐਸੀ ਕਿਤੇ ਅਸੀਂ ਨੂੰ ਤੈਨੂੰ ਦੇਖੀਏ ਇਸ ਕਰਕੇ ਵੀ ਭਾਰਤੀ ਜਨਤਾ ਪਾਰਟੀ ਦੇਖੋ ਇੱਕ ਗੱਲ ਨੂੰ ਸਮਝਣਾ ਪਏਗਾ ਜੋ ਭਾਰਤੀ ਜਨਤਾ ਪਾਰਟੀ ਮੌਜੂਦਾ ਦੌਰ 'ਚ ਗੁਜ਼ਰ ਰਹੀ ਆ ਪੰਜਾਬ 'ਚ ਬਹੁਤ ਜ਼ਮੀਨੀ ਸਤਰ ਦੇ ਉੱਤੇ ਆ ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨ ਲਈ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਉਪਰਾਲੇ ਕਰਨੇ ਪੈ ਰਹੇ ਆ ਪਿੰਡਾਂ ਦੇ ਦਰਵਾਜ਼ੇ ਭਾਰਤੀ ਜਨਤਾ ਪਾਰਟੀ ਲਈ ਨਹੀਂ ਖੁੱਲ੍ਹ ਰਹੇ ਅਤੇ ਦੂਜਾ ਅਕਾਲੀ ਦਲ ਨਾਲ ਸਮਝੌਤੇ ਸਾਰੇ ਟੁੱਟ ਚੁੱਕੇ ਹੋਏ ਨੇ ਹੁਣ ਉਹਨਾਂ ਕੋਲ ਪਿੰਡਾਂ 'ਚ ਵੜਨ ਦੇ ਰਸਤੇ ਨਹੀਂ ਹੈਗੇ ਆ ਲੋਕਾਂ ਦਾ ਧਿਆਨ ਉੱਧਰ ਖਿੱਚਿਆ ਜਾ ਰਿਹਾ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਉਸ ਤੋਂ ਬਾਅਦ ਅਚਾਨਕ ਕਹਿਣਾ ਸ਼ੁਰੂ ਕਰਤਾ ਕਿ ਗੁੰਡੇ ਨੇ ਬਿਲਕੁਲ ਇਹ ਕਿਸਾਨ ਨਹੀਂ ਇਹ ਗੁੰਡੇ ਨੇ ਇਹ ਗੁੰਡੇ ਜਿਹੜੇ ਨੇ ਕਿਸਾਨਾਂ ਦੀ ਆੜ ਦੇ ਵਿੱਚ ਹਮਲਾ ਕਰ ਰਹੇ ਨੇ ਉਹ ਜੇ ਅਸੀਂ ਉਹਨਾਂ ਨੂੰ ਮੈਸੇਜ ਭੇਜਾਂਗੇ ਤੇ ਉਹਨਾਂ ਨੇ ਆਣਾ ਤੇ ਕਿਸਾਨਾਂ ਨੂੰ ਵੀ ਚਾਹੀਦਾ ਸੀ। ਦੂਸਰੀ ਗੱਲ ਕਿ ਜਿਸ ਤਰੀਕੇ ਨਾਲ ਬਿਆਨਬਾਜ਼ੀ ਹੋ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਹਰਜੀਤ ਗਰੇਵਾਲ ਦਾ ਨਾਮ ਖਾਸ ਕਰਕੇ ਲਿਆ ਕਿ ਕਿਸਾਨਾਂ ਵਿਰੁੱਧ ਬਿਆਨਬਾਜ਼ੀ ਕਰ ਰਹੇ ਨੇ ਪਰ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਜਾਂਦੀ ਹੈ ਉਹ ਦਰਅਸਲ ਉਸ ਦਿਨ ਜੋ ਕੁਛ ਵੀ ਹੋਇਆ ਉਹ ਐਕਸ਼ਨ ਦਾ ਰਿਐਕਸ਼ਨ ਸੀਗਾ ਕਿਉਂਕਿ ਕਿਸਾਨ ਗੁੱਸੇ 'ਚ ਇਸ ਵਕਤ ਨੇ। ਜਗਜੀਤ ਸਿੰਘ ਡੱਲੇਵਾਲ ਨੇ ਕੈਪਟਨ ਸਾਹਿਬ ਨੇ ਵੀ ਵਾਰਨਿੰਗ ਦਿੱਤੀ ਹੈ ਕਿ ਖਿਲਾਫ ਜੋ ਕਾਰਵਾਈ ਹੈ ਉਹਨਾਂ ਆਗੂਆਂ ਦੇ ਖਿਲਾਫ ਵੀ ਬਣਦੀ ਸੀ ਜਿਨ੍ਹਾਂ ਨੇ ਮੈਸੇਜ ਭੇਜਿਆ ਇਸ ਗੱਲ ਦੀ ਪੂਰੀ ਤਫਤੀਸ਼ ਹੋਣੀ ਚਾਹੀਦੀ ਸੀ ਉਕਸਾਇਆ ਗਿਆ ਬਿਲਕੁਲ ਲੜਾਈ ਦਾ ਮਾਹੌਲ ਤਿਆਰ ਕੀਤਾ ਬਿਲਕੁਲ ਉਹਨਾਂ ਨੇ ਇਹੀ ਕਿਹਾ ਕਿ ਇਹਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੀ ਜਿਹੜੀ ਖੁਫੀਆ ਏਜੰਸੀਆਂ ਉਹਨਾਂ ਦਾ ਵੀ ਬਹੁਤ ਵੱਡਾ ਫੇਲਿਅਰ ਹੈ ਉਹਨਾਂ ਨੂੰ ਕਿਸੇ ਸਟੇਜ ਤੇ ਪਤਾ ਹੋਣਾ ਚਾਹੀਦਾ ਸੀ ਕਿ ਇਹਨਾਂ ਨੇ ਮੀਟਿੰਗ ਕਰਨੀ ਹੈ ਤੇ ਇਹਨਾਂ ਨੇ ਮੀਟਿੰਗ ਤੋਂ ਮੈਸੇਜ ਭੇਜੇ ਹੋਏ ਕਿਸਾਨਾਂ ਨੂੰ ਪਟਿਆਲੇ ਦੇ ਪ੍ਰਸ਼ਾਸਨ ਤੇ ਇਸੇ ਕਰਕੇ ਡੱਲੇਵਾਲ ਸਾਹਿਬ ਨੇ ਸਵਾਲ ਚੁੱਕੇ ਨੇ ਕਿ ਕਿਉਂ ਆਖਿਰ ਪਟਿਆਲੇ ਦੇ ਪ੍ਰਸ਼ਾਸਨ ਨੇ ਉਸ ਵਕਤ ਕਾਰਵਾਈ ਨਹੀਂ ਕੀਤੀ। ਦੇਖੋ ਇਹ ਗੱਲ ਨੂੰ ਸਮਝਣਾ ਪਏਗਾ ਕਿ ਠੀਕ ਹੈ ਕਿਸਾਨ ਆਪਣੇ ਡੈਮੋਕ੍ਰੈਟਿਕ ਲੋਕਤੰਤਰਕ ਤਰੀਕੇ ਦੇ ਨਾਲ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਦਿੱਲੀ ਬਾਰਡਰ ਤੇ ਬੈਠੇ 8 ਮਹੀਨੇ ਤੋਂ ਬੈਠੇ ਆ ਔਰ ਅਨਿਲ ਜੋਸ਼ੀ ਵੀ ਤੁਹਾਡੇ ਜਿਹੜੇ ਮੰਤਰੀ ਐਕਸ ਰਹੇ ਨੇ ਉਹ ਕਿੰਨਾ ਕੁਛ ਸਾਫ਼ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਪਾਰਟੀ 'ਚੋਂ ਕੱਢੇ ਗਏ ਨੇ। ਅਸੀਂ ਜ਼ਿਆਦਾ ਨਾ ਕਰੀਏ ਆਪਾਂ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਘੱਟੋ ਘੱਟ ਉਹਨਾਂ ਨੂੰ ਵਿਰੋਧ ਨਾ ਕਰੀਏ ਬਦਨਾਮ ਨਾ ਕਰੀਏ ਜੇ ਕਿਸੇ ਨੂੰ ਬਦਨਾਮ ਕਰਾਂਗੇ ਤਾਂ ਲੜਾਈ ਵਾਲਾ ਮਾਹੌਲ ਬਣੇਗਾ। ਦੂਸਰੀ ਜਿਹੜੀ ਗੱਲ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਇੱਥੇ ਰੌਲਾ ਪਾ ਰਹੀ ਹੈ ਦਿੱਲੀ ਜਾ ਕੇ ਕਾਂਗਰਸ ਆਪਣੀ ਜਿਹੜੀ ਭਾਰਤੀ ਜਨਤਾ ਪਾਰਟੀ ਹਾਈਕਮਾਂਡ ਹੈ ਇਹਨੂੰ ਸਮਝਾਵੇ ਕਿ ਅਸੀਂ ਕਿਸਾਨਾਂ ਦੇ ਨਾਲ ਮਾਮਲੇ ਨੂੰ ਅਸੀਂ ਸੁਖਾਵਾਂ ਮਾਹੌਲ ਤਿਆਰ ਕਰਕੇ ਇਸ ਮਾਮਲੇ ਨੂੰ ਨਿਪਟਾਈਏ ਕਿਉਂਕਿ ਪੰਜਾਬ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ। ਅੱਛਾ ਇਸ 'ਤੇ ਤੁਸੀਂ ਗੱਲ ਨਹੀਂ ਸਮਝਦੇ ਜੇ ਅਸੀਂ ਕਿਸੇ ਨੂੰ ਮੈਸੇਜ ਭੇਜਾਂਗੇ ਸੁਨੇਹੇ ਭੇਜਾਂਗੇ ਅਤੇ ਕੱਲ੍ਹ ਵੀ ਦੇਖ ਰਿਹਾ ਸੀ ਮੈਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਹਿ ਰਹੇ ਸੀ ਕਿ ਅਸੀਂ ਚੂੜੀਆਂ ਨਹੀਂ ਪਾਈਆਂ ਇੱਕ ਇੱਕ ਨੂੰ ਦੇਖ ਲਵਾਂਗੇ ਭੁਪੇਸ਼ ਅਗਰਵਾਲ ਦੇ ਵੀ ਸਟੇਟਮੈਂਟ ਸਾਹਮਣੇ ਇਸ ਦੇ ਵਿੱਚ ਆਪਾਂ ਕੀ ਸ਼ੋ ਕਰਨਾ ਚਾਹੁੰਦੇ ਹਾਂ ਆਪਾਂ ਕੀ ਦੱਸਣਾ ਚਾਹੁੰਦੇ ਹਾਂ ਜਿਹੜੇ ਗੁੰਡਿਆਂ ਨੇ ਸਾਡੇ 'ਤੇ ਹਮਲਾ ਕੀਤਾ ਅਸੀਂ ਗੁੰਡੇ ਬਣਾਂਗੇ ਤੁਸੀਂ ਖੁਦ ਕਹਿ ਰਹੇ ਹੋ ਗੁੰਡੇ ਆ ਮੈਂ ਕਹਿ ਰਿਹਾ ਕਿਸਾਨ ਆ ਤੁਸੀਂ ਕਹਿ ਰਹੇ ਹੋ ਕਿਸਾਨ ਸਾਰੀ ਦੁਨੀਆ ਕਹਿ ਰਹੀ ਕਿਸਾਨ ਡੱਲੇ ਵਾਲੇ ਕਹਿ ਰਹੇ ਕਿਸਾਨ ਲੇਕਿਨ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਗੁੰਡੇ ਅਤੇ ਆਪਾਂ ਗੁੰਡਿਆਂ ਨਾਲ ਜਾ ਕੇ ਚੂੜੀਆਂ ਪਾ ਕੇ ਲੜਾਂਗੇ। ਹਿੰਦੁਸਤਾਨ 'ਚ ਹਕੂਮਤ ਤੁਹਾਡੀ ਹੈ ਡੀ ਜੀ ਪੀ ਦਿਨਕਰ ਗੁਪਤਾ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਕੋਲ ਭੇਜੇ ਗਏ ਪੈਨਲ ਤੋਂ ਬਾਅਦ ਲਗਾਇਆ ਗਿਆ ਡੀ ਜੀ ਪੀ ਤੁਹਾਡਾ ਲੱਗਾ ਹੋਇਆ ਚੀਫ ਸੈਕਟਰੀ ਤੁਹਾਡੇ ਲੱਗੇ ਹੋਏ ਨੇ ਕਿਉਂ ਆਪਾਂ ਇਸ ਦੇ ਵਿੱਚ ਇੰਨਾ ਰੌਲਾ ਪਾ ਰਹੇ ਹਾਂ ਕਿਉਂ ਆਪਾਂ ਕਰ ਰਹੇ ਹਾਂ ਇਹਨੂੰ ਇਸ ਨਾਲ ਬਿਹਤਰ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਬਜਾਏ ਦਿੱਲੀ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕੋਲ ਕੇਂਦਰ ਦੇ ਸਰਕਾਰੀ ਮੰਤਰੀਆਂ ਕੋਲ ਜਾ ਕੇ ਇਸ ਮਾਮਲੇ ਦਾ ਨਿਪਟਾਰਾ ਕਰਾਇਆ ਜਾਵੇ ਤਾਂ ਕਿ ਵਿਸ਼ਵ ਪੱਧਰ 'ਤੇ ਤੁਹਾਡੀ ਵਾਹ ਵਾਹੀ ਹੋ ਸਕੇ। ਬਿਲਕੁਲ ਤੁਸੀਂ ਸਹੀ ਕਿਹਾ ਜਗਜੀਤ ਸਿੰਘ ਡੱਲੇਵਾਲ ਨੇ ਵੀ ਕੁਛ ਅਜਿਹਾ ਹੀ ਕਿਹਾ ਹੈ ਕਿ ਜੋ ਬਿਆਨਬਾਜ਼ੀ ਹੋ ਰਹੀ ਹੈ ਉਹ ਰੁਕਣੀ ਚਾਹੀਦੀ ਹੈ। ਕੈਪਟਨ ਸਾਹਿਬ ਨੂੰ ਵਾਰਨਿੰਗ ਵੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੇ ਖਿਲਾਫ਼ ਪਰਚੇ ਰੱਦ ਨਹੀਂ ਹੋਏ ਜਿਨ੍ਹਾਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੂੰ ਨਹੀਂ ਛੱਡਿਆ ਗਿਆ ਤਾਂ ਫਿਰ ਜੋ ਮੋਰਚਾ ਕਿਸਾਨ ਦਿੱਲੀ 'ਚ ਲਾ ਸਕਦੇ ਨੇ ਉਹਨਾਂ ਨੂੰ ਪਟਿਆਲਾ ਘਿਰਨ ਦੇ ਵਿੱਚ ਵੀ ਥੋੜ੍ਹਾ ਵੀ ਵਕਤ ਨਹੀਂ ਲੱਗੇਗਾ। ਸੋ ਬਹੁਤ ਵੱਡੀ ਗੱਲ ਹੈ ਕੈਪਟਨ ਸਾਹਿਬ ਨੂੰ ਇਸ ਗੱਲ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਕਿਉਂਕਿ ਕਿਸਾਨਾਂ ਨੇ ਜਦੋਂ ਹਰਿਆਣੇ ਦੇ ਵਿੱਚ ਉਹਨਾਂ ਦੇ ਖਿਲਾਫ਼ ਪਰਚੇ ਹੋਏ ਉੱਥੇ ਮੋਰਚੇ ਲਾ ਕੇ ਉਹ ਸਾਰੇ ਪਰਚੇ ਰੱਦ ਕਰ ਦਿੱਤੇ। ਬੀਜੇਪੀ ਵਾਲੇ ਤਾਂ ਕਹਿੰਦੇ ਸੀ ਇਹ ਕਾਂਗਰਸੀ ਹੈ ਜਿਨ੍ਹਾਂ ਨੇ ਕੁੱਟਿਆ ਡੱਲੇਵਾਲ ਕਹਿੰਦਾ ਜੀ ਇਹ ਦੂਜੇ ਬੰਦੇ ਸਾਡੇ ਕਿਸਾਨਾਂ ਨੇ ਕੁੱਟਿਆ ਮੈਨੂੰ ਤਾਂ ਹਜੇ ਤੱਕ ਨਹੀਂ ਸਮਝ ਆਉਂਦੀ ਹੈ ਵੀ ਕਿਸਾਨਾਂ ਨੇ ਕੁੱਟਿਆ ਕਾਂਗਰਸੀਆਂ ਨੇ ਕੁੱਟਿਆ ਕਿ ਅਕਾਲੀ ਦਲ ਵਾਲਾ ਨੇ ਕੁੱਟਿਆ ਮੈਨੂੰ ਤਾਂ ਬੀਜੇਪੀ ਵਾਲੇ ਕੱਲ੍ਹ ਠੋਕ ਠੋਕ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਅਕਾਲੀ ਦਲ ਔਰ ਕਾਂਗਰਸ ਦੇ ਬੰਦੇ ਸੀ ਜਿਹੜੇ ਕੁੱਟ ਕੇ ਗਏ ਕਿਸਾਨ ਨਹੀਂ ਸੀ ਪਰ ਡੱਲੇਵਾਲ ਕਹਿ ਰਿਹਾ ਕਿਸਾਨ ਹੈ ਹੁਣ ਇਸਦਾ ਮਤਲਬ ਇਹ ਕਿਸਾਨ ਸੀ ਇਹ ਤਾਂ ਮੰਨਣਾ ਪਏਗਾ ਔਰ ਜਿਨ੍ਹਾਂ ਨੇ ਇਹ ਸ਼ਰਾਰਤ ਕਰਕੇ ਇਸ ਲੜਾਈ ਨੂੰ ਇੱਥੇ ਤੱਕ ਪਹੁੰਚਾਇਆ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਖਿਲਾਫ਼ ਵੀ ਬਣਦੀ ਕਾਰਵਾਈ ਬਿਲਕੁਲ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਫਿਲਹਾਲ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਸੋ ਡਾਕਟਰ ਸੁਰਿੰਦਰ ਪਾਲ ਜੀ ਦੱਸ ਰਹੇ ਸੀ ਇਹਨਾਂ ਮੁੱਦਿਆਂ 'ਤੇ ਆਪਣੀ ਰਾਏ ਆਪਣਾ ਨਜ਼ਰੀਆ। ਜੇ ਤੁਸੀਂ ਸਾਡਾ ਪ੍ਰੋਗਰਾਮ ਪਸੰਦ ਕਰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਜ਼ਰੀਏ ਫੀਡਬੈਕ ਸਾਡੇ ਤੱਕ ਪਹੁੰਚਾ ਸਕਦੇ ਹੋ। ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ